हाँ जी दोस्तों सत श्री अकाल, मैं तुहाडा अपना दीप नेर सो नवी वीडियो दे विच अज लेके आया तुहाडे लई मिनी रेस्टोरेंट डबल स्टोरी। सो दोस्तों ये जिहड़ा रेस्टोरेंट है कित्थे आ, आजो आपां भाइयां नाल गल्लबात करदे आ। हाँ जी भाई जी सत श्री अकाल। सत श्री अकाल जी। ते भाई जी सब तो पहला तो अपना शुभ नेम की है? मेरा नाम गुरप्रीत सिंह है। गुरप्रीत सिंह। ते वीरे अपना पिंड किहड़ा जी? पिंड मेरा चगावा जी। चगाला आले। ते वीरे जिहड़ी आ लोकेशन आपां हुण इस टाइम कित्थे बैठे आ? ए अजीत वाला जी, मोगा तो लुधियाणा रोड ते। अच्छा, मोगा तो लुधियाणा रोड। ते वीरे जिहड़ा इह तुसीं अपना होटल मतलब जिहनूं रेस्टोरेंट तैयार कीता है ना, इह तुहाडे दिमाग दे विच कित्थों आइडिया आया? इह मेरे आइडिया आया आ, पहला बरे मैं दुबई गया। दुबई गए? हाँ जी, दुबई तो रिटर्न आ बरे मैं। अच्छा जी। दुबई का? हाँ जी। तो घरदिया ने विह करना चाहिए। अच्छा जी। लड़ सारी कुड़ी लभ गई, गल बात चल दी थी। अच्छा जी। तो वो पिछे जाकर कांड होया मेरे लवप्रीत का। हाँ लवप्रीत का। हाँ जी। तो सुन के मुड़ के चैत डावाडोल जा हो गया भी, घर देने पैसे लाई देने कही। मतलब डर बह गया भी? डर बह गया मन च भी भारत मेरे ना भी हो सकती है। ਪਰ ਜੇ ਵੀਰੇ ਇੱਕ ਗੱਲ ਸੋਚਿਆ ਜਾਵੇ ਤੇ ਤਾੜੀ ਬੈਕਾ ਥਰਾ ਨਾ ਵਾਈ। ਹਾਂਜੀ ਹਾਂਜੀ। ਮੁੰਡਾ ਵੀ ਕਈ ਥਾਂ ਗਲਤ ਹੁੰਦਾ। ਹਾਂਜੀ ਬਾਈ। ਫਿਰ ਕਾਰ ਕਰਾ ਕੇ ਫਿਰ ਮੈਂ ਮੁੰਡਾ ਮੇਰਾ ਯਾਰ ਦੋਸਤ ਆ, ਹਾਂ ਭਰਾਈ ਆ, ਮੈਂ ਉਹਦੇ ਨਾਲ ਗੱਲਬਾਤ ਕੀਤੀ। ਮੈਂ ਕਿਹਾ ਆਹ ਗੱਲ ਆ। ਹਾਂਜੀ। ਉਹ ਕਹਿੰਦਾ ਕਿਉਂ ਨਾ ਆਪਾਂ ਨੂੰ ਕੰਮ ਤਾਂ ਆਉਂਦਾ ਹੀ ਆ, ਹਾਂਜੀ, ਕਿਉਂ ਨਾ ਆਪਾਂ ਇਹੋ ਜਿਹੀ ਚੀਜ਼ ਹੀ ਤਿਆਰ ਕਰ ਲਈਏ। होटल मैनेजमेंट का कोर्स किया। ਪੜ੍ਹੇ ਲਿਖੇ ਵੀ ਬਹੁਤ ਹੋਏ? ਹਾਂ ਜੀ, ਪਲੱਸ 2 ਕਰਕੇ ਵੀਰੇ। ਹਾਂ ਜੀ। ਬਾਹਰ ਜਾਏ ਜਦੋਂ ਇਹ ਕੰਮ ਚਾਲੂ ਕਰਨਾ ਸੀਗਾ ਆਪਾਂ। ਹਾਂ ਜੀ। ਆਪਾਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਵੀਰੇ। ਅੱਛਾ ਵੀਰੇ। ਠੀਕ ਆ। ਫੇਰ ਵੀਰੇ ਖੁਦ ਫੇਰ ਆਪਾਂ ਓਪਨਿੰਗ ਕੀਤੀ, ਫੇਰ ਲਾਈ। ਉਦੋਂ ਪਹਿਲਾਂ ਘਰੇ ਡੈਮੋ ਲਾਉਂਦੇ ਹੁੰਦੇ ਸੀਗੇ ਪਿੰਡ ਵੀਰੇ। ਹਾਂ ਜੀ ਹਾਂ ਜੀ। ਯਾਰਾਂ ਮਿੱਤਰਾਂ ਨੂੰ ਸੱਦ ਕੇ ਚੈੱਕ ਕਰਾਉਂਦੇ ਹੁੰਦੇ ਸੀਗੇ, ਡੈਮੋ ਲਾ ਕੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ, ਫੇਰ ਵੀਰੇ ਆਪਾਂ ਇੱਥੇ ਲਿਆਂਦੇ। ਅੱਛਾ। ਤੇ ਇਹ ਫਿਰ ਵੀਰੇ ਜਿਹੜਾ ਸਿਸਟਮ ਆ ਇਹ ਆਪਣਾ ਤੁਸੀਂ ਰੈਸਟੋਰੈਂਟ ਤਿਆਰ ਕੀਤਾ, ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਗਿਆ ਸੀ? ਵੀਰੇ ਲੱਗ ਹੀ ਗਿਆ 8 ਮਹੀਨੇ। ਇਹ ਤੁਸੀਂ ਦੱਸ ਰਹੇ ਸੀ ਵੀ ਤੁਸੀਂ ਖੁਦ ਆਪ ਤਿਆਰ ਕੀਤਾ? ਖੁਦ ਵੀਰੇ ਸਾਡੇ ਹੱਥੀਂ ਤਿਆਰ। ਤੇ ਵਰਕਸ਼ਾਪ ਫਿਰ ਕਰੀ ਜਾਂ ਕਰੀ ਵੀਰੇ ਕੋਈ? ਅੱਛਾ ਵੀਰੇ, ਫਿਰ ਆਪ ਤਿਆਰ ਕੀਤਾ ਖੁਦ ਹੈ? ਹਾਂਜੀ ਹਾਂਜੀ ਵੀਰੇ ਆਪ। ਇਕੱਲਿਆਂ ਨੇ ਜਾਂ? ਮੁੰਡਾ ਮੇਰਾ ਯਾਰ ਦੋਸਤ ਹੀ ਆ ਵੀਰੇ। ਅੱਛਾ ਜੀ। ਹਾਂ ਇੱਕ ਨਾਲ ਉਹ ਆ। ਅੱਛਾ। ਤੇ ਫਿਰ ਇਹਦਾ ਜਿਹੜਾ ਸਾਰਾ ਸਮਾਨ ਹੈ ਇਹ ਫਿਰ ਕਿੱਥੋਂ ਲਿਆਂਦਾ ਲੁੰਦਾ ਬਈ? ਇਹ ਜੀ ਕੁਛ ਲੁਧਿਆਣੇ ਆਇਆ ਵਾ, ਕੁਛ ਮੋਗੇ ਆਇਆ। ਕੁਛ ਮੋਗਾ ਕੁਛ ਲੁਧਿਆਣਾ? ਹਾਂਜੀ। ਠੀਕ ਆ। ਤੇ ਘਰਦੇ ਨੇ ਬਈ ਫਿਰ ਕਿਹਾ ਨਹੀਂ ਕੁਛ ਵੀ ਇਹ ਕੀ ਕਰੀ ਜਾਂਦੇ ਤੁਸੀਂ? ਇਹ ਟਰਾਲੀ ਵੀ ਬਣਾਤੀ? ਘਰਦਿਆਂ ਦੀ ਫੁੱਲ ਸਪੋਰਟ ਆ ਵੀਰੇ। ਅੱਛਾ, ਘਰਦਿਆਂ ਦੀ ਫੁੱਲ ਸਪੋਰਟ। ਹਾਂਜੀ। ਲੱਗਦੇ ਸੀ ਫੈਮਿਲੀ ਵਾਲੇ ਨਾਲ ਕੰਮ ਕਰਨ? ਨਹੀਂ ਆਪਾਂ ਕਿਹਾ ਨਹੀਂ ਗਾ, ਪਰ ਆਪਾਂ ਨੂੰ ਮਨਾ ਨਹੀਂ ਕੀਤਾ ਉਹਨਾਂ ਨੇ। ਅੱਛਾ। ਨਹੀਂ ਤੁਸੀਂ ਯਾਰ ਕਿਹੜੀ ਲਾਈਨ 'ਚ ਪੈਣ ਲੱਗੇ ਵੀ ਆ ਪੈਸੇ ਜੇ ਕਿਵੇਂ ਟਰਾਲੀ ਜੀ ਤੇ ਲਾਈ ਜਾਂਦੇ? ਹਾਂਜੀ ਹਾਂਜੀ। ਬਾਕੀ ਮਾੜਾ ਮੋਟਾ ਤਾਂ ਹੁੰਦਾ ਹੀ ਹੁੰਦਾ ਵਾ। ਅੱਛਾ। ਘਰ ਦੇ ਕਹਿੰਦੇ ਬਾਹਰ ਭੇਜਣਾ, ਮੈਂ ਕਿਹਾ ਮੈਂ ਬਾਹਰ ਜਾਣਾ ਨਹੀਂਗਾ। ਇਹ ਫਿਰ ਬਾਈ ਪਹਿਲਾਂ ਟਰਾਲੀ ਲੈਤੀ ਜਾਂ ਕਿਵੇਂ ਕੀ ਇਵੇਂ ਜੇ ਤਿਆਰ ਕੀਤਾ? ਕੁਝ ਜ਼ੀਰੋ ਲੈਵਲ ਤੋਂ ਖੁਦ ਤਿਆਰ ਹੋਈ ਹੈ। ਅੱਛਾ, ਕੀ ਮਤਲਬ ਇਹਦੇ 'ਚ ਸਮਾਨ ਥੱਲੇ ਜੇ ਆਪਾਂ ਝਾਤ ਮਾਰੀਏ ਵੀ ਕੀ ਕੀ ਚੀਜ਼ਾਂ ਇਹਦੇ ਵਿੱਚ ਐਡ ਕਰਤੀਆਂ ਤੁਸੀਂ? ਪਹਿਲਾਂ ਆਪਾਂ ਵੀਰੇ 20 ਫੁੱਟੇ ਗਾਡਰ ਲਏ ਵੀਰੇ। ਅੱਛਾ, ਗਾਡਰ ਲੈਤੇ? ਹਾਂਜੀ, 20 ਫੁੱਟੇ ਗਾਡਰਾਂ ਦੀ ਖੜੀ ਕੀਤੀ ਹੈ ਵੀਰੇ। ਅੱਛਾ, 20 ਫੁੱਟੇ ਗਾਡਰ ਲੈ ਕੇ? ਹਾਂਜੀ। ਉਹਨਾਂ ਦੇ ਉੱਪਰ ਇਹਨੂੰ ਖੜੀ ਕੀਤਾ, ਮਤਲਬ ਛੱਤ ਲਾਈ ਹੈ? ਹਾਂਜੀ ਹਾਂਜੀ। ਅੱਛਾ। ਫਿਰ ਉਦੋਂ ਬਾਅਦ ਵੀਰੇ ਖੜੀ ਕਰਕੇ ਫਿਰ ਥੱਲੇ ਹਿੱਸੇ ਲਾਏ ਵੀਰੇ, ਹਿੱਸਾ ਵੀ ਆਪ ਬਣਾਇਆ ਖੜਾ ਵੀਰੇ। ਹਿੱਸਾ ਆਪ ਲਾਇਆ ਟਾਇਰਾਂ ਵਾਲਾ ਜਿਹੜਾ? ਹਾਂ, ਟਾਇਰਾਂ ਵਾਲਾ ਵੀਰੇ। ਅੱਛਾ, ਫਿਰ ਹੋਰ ਬਈ ਇਹਦੇ 'ਚ? ਇਹ 'ਚ ਵੀਰੇ ਆ ਮੈਟ ਆ ਜਾਂਦਾ ਵਾ ਵੀਰੇ, ਅਤੇ ਥੱਲੇ ਜਿਵੇਂ ਪੀਜ਼ਾ ਓਵਨ ਹੋ ਗਿਆ, ਉਹ ਸਾਰਾ ਲਟਰਮ ਬਟਰਮ ਹੋ ਗਿਆ। ਪੀਜ਼ਾ ਓਵਨ ਫਿਰ ਆਪ ਹੀ ਦੇਖ ਕੇ ਲਾਇਆ ਵੀਰੇ? ਜਿਹੜਾ ਪੀਜ਼ਾ ਓਵਨ ਆ ਉਹ ਆਪਾਂ ਬਾਹਰੋਂ ਚੀਜ਼ ਬਣਾਈ ਆ। ਅੱਛਾ, ਉਹ ਲੈ ਬਣਿਆ ਬਣਾਇਆ ਲਿਆ? ਉਹ ਬਣਿਆ ਬਣਾਇਆ ਲਿਆ ਵਾ, ਆੜਾ ਹੈਗਾ ਵਾ ਸਾਰਾ ਕੁਝ, ਫਾਇਰ ਫੂਰ ਆਪਾਂ ਆਪ ਲਾਈ ਆ। ਮਤਲਬ ਫੀਟਿੰਗ ਆਪ ਕੀਤੀ ਆ? ਫੀਟਿੰਗ ਆਪ ਕੀਤੀ ਆ ਵੀਰੇ। ਠੀਕ ਆ। ਹਾਂਜੀ। ਤੇ ਬਈ ਫਿਰ ਮਨ ਨੂੰ ਖੁਸ਼ੀ ਵੀ ਹੁੰਦੀ ਆ ਹਨਾ ਬਈ ਆਪ ਤਿਆਰ ਕੀਤਾ? ਹਾਂਜੀ ਹਾਂਜੀ। ਇੱਥੇ ਖੜਦੇ ਹੋਣਗੇ ਆਉਣ ਜਾਣ ਵਾਲੇ ਹਨਾ? ਬਹੁਤ ਵੀਰੇ, ਸ਼ਾਮ ਨੂੰ ਬਹੁਤ ਭੀੜ ਹੁੰਦੀ ਆ ਵੀਰੇ। ਅੱਛਾ। ਖੜਨ ਨੂੰ ਟਾਈਮ ਨਹੀਂ ਮਿਲਦਾ ਵੀਰੇ, ਸਾਹ ਲੈਣ ਬੰਦ ਹੋ ਜਾਂਦਾ। ਤੇ ਫਿਰ ਚੀਜ਼ਾਂ ਕੀ ਕੀ ਤਿਆਰ ਕਰਦੇ ਆ ਬਈ ਇੱਥੇ? ਚੀਜ਼ਾਂ ਬਰਗਰ ਆ ਵੀਰੇ, ਮਨਚੂਰੀਅਨ ਆ, ਰੋਲ ਆ ਆਪਣੇ ਕੋਲੇ ਵੀਰੇ, ਤੇ ਫ੍ਰੈਂਚ ਫਰਾਈਜ਼ ਆ ਜਾਂਦੀਆਂ। ਅੱਛਾ, ਪੀਜ਼ਾ ਪੂਜ਼ਾ ਤਾਂ ਨਹੀਂ ਕਰਦੇ? ਪੀਜ਼ਾ ਵੀਰੇ ਹਜੇ ਨਹੀਂ।
ਆਉਂਦੇ ਸਿਆਣਾ ਤੱਕਰ ਵੀਰੇ ਕੋਸ਼ਿਸ਼ ਆ ਵੀ ਪੀਜ਼ਾ ਚਲਾਉਣੀ ਚਲਾਉਣਾ ਵੀਰੇ ਆਪਾਂ ਪੀਜ਼ਾ ਵੀ ਚਲਾਵਾਂਗੇ ਹੋਰ ਤਿੰਨ ਚਾਰ ਆਈਟਮ ਹੋਰ ਚਲਾਉਣਾ ਇੱਕ ਔਨਲਾਈਨ ਡਿਲੀਵਰੀ ਵਾਲਾ ਕੰਮ ਕਰਦੇ ਹੋ ਜਾਂ ਕਰਨਾ ਹੈ ਹਜੇ ਹਜੇ ਕਰਨਾ ਵੀਰੇ ਠਹਿਰ ਕੇ ਕਰਾਂਗੇ ਪਰ ਹਜੇ ਅੱਛਾ ਮਤਲਬ ਦਿਮਾਗ ਦੇ ਵਿੱਚ ਧਾਰਿਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਜੇ ਆਪਾਂ ਲਾਈਏ ਇਹਦੇ ਤੇ ਟੋਟਲ ਖਰਚਾ ਬਈ ਖਰਚਾ ਵੀਰੇ 8 ਲੱਖ ਦਾ ਖਰਚਾ ਆਈ ਗਿਆ ਅੱਛਾ 8 ਲੱਖ ਰੁਪਈਆ ਮਤਲਬ ਘਰੋਂ ਤੁਸੀਂ ਇਹਦੇ ਤੇ ਇਨਵੈਸਟ ਕਰ ਚੁੱਕੇ ਹਾਂਜੀ ਕਰ ਚੁੱਕੇ ਹਾਂ ਤੇ ਹੁਣ ਮਨ ਨੂੰ ਫਿਰ ਸੰਤੁਸ਼ਟੀ ਸੰਤੁਸ਼ਟੀ ਹੈ ਵੀਰੇ ਫੁੱਲ ਆ ਫੁੱਲ ਫੁੱਲ ਨਜ਼ਾਰਾ ਜਮਾ ਨਜ਼ਾਰਾ ਵੀਰੇ ਜਮਾ ਤੇ ਪੜ੍ਹਾਈ ਲਿਖੀ ਜਿਹੜੀ ਕੀਤੀ ਸੀ ਤੁਸੀਂ ਪੜ੍ਹਾਈ ਕੀਤੀ ਸੀ ਉਹਦਾ ਮੁੱਲ ਪਿਆ ਕੁਛ ਹਾਂਜੀ ਵੀਰੇ ਹੁਣ ਪਿਆ ਵਾ ਜੇ ਆਪਾਂ ਸਰਕਾਰਾਂ ਕਨੀ ਝਾਕਦੇ ਉੱਥੋਂ ਤਾਂ ਵੀਰੇ ਕਿੱਥੋਂ ਪੈਣਾ ਹੈਗਾ ਅੱਛਾ ਤੇ ਫਿਰ ਇੰਝ ਨਹੀਂ ਲੱਗਦਾ ਵੀ ਸਰਕਾਰੀ ਨੌਕਰੀ ਅੱਗੇ ਰਹਿੰਦੀ ਹੈ ਜਾਂ ਇਹ ਕੰਮ ਅੱਗੇ ਰਹਿੰਦਾ ਸਰਕਾਰੀ ਨੌਕਰੀ ਐਂ ਹੁੰਦੀ ਆ ਵੀਰੇ ਚਲੋ ਤਨਖਾਹ ਤਾਂ ਵੱਧ ਹੁੰਦੀ ਹੁੰਦੀ ਆ ਠੀਕ ਆ ਪਰ ਕਿਸੇ ਦੇ ਥੱਲੇ ਲਾ ਕੇ ਕੰਮ ਕਰਨਾ ਬਹੁਤ ਔਖਾ ਹਾਂ ਬਈ ਕੋਈ ਕਿਉਂ ਨਾ ਆਪਾਂ ਆਪਦਾ ਕੰਮ ਹੀ ਕਰੀਏ ਨਾ ਕਦੀ ਹੜਕ ਨਾ ਝੜਕ ਵੀਰੇ ਹੁਣ ਜਿਹੜੇ ਮੁੰਡੇ ਕੰਮ ਕਰਦੇ ਆ ਅਸੀਂ ਯਾਰ ਦੋਸਤ ਆ ਵੀਰੇ ਅੱਛਾ ਜਿਹੜੇ ਮਤਲਬ ਨੀਚੇ ਕੰਮ ਕਰ ਰਹੇ ਹਾਂ ਹਾਂਜੀ 6-7 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ ਅੱਛਾ ਹਾਂਜੀ ਇੱਕੇ ਬਣਦੇ ਆ ਵੀਰੇ ਠੀਕ ਆ ਤੇ ਮਤਲਬ ਇਹ ਕੰਮ ਤੁਹਾਡਾ ਇਕੱਲਿਆਂ ਦਾ ਜਾਂ ਨਾਲ ਹੋਰ ਵੀ ਹੈ ਬਈ ਪਾਰਟਨਰ ਕੋਈ ਬ੍ਰਦਰ ਆ ਵੀਰੇ ਮੇਰਾ ਅੱਛਾ ਹਾਂਜੀ ਨਾਲ ਉਹ ਠੀਕ ਆ ਤੇ ਫਿਰ ਬਈ ਜਿਹੜਾ ਹੁਣ ਸਮਾਨ ਵੱਲਾ ਇੱਥੋਂ ਵਾਲਾ ਉਹ ਕਿੱਥੋਂ ਪਰਚੇਜ ਕਰਦੇ ਹੋ ਵੀਰੇ ਕੁਛ ਮਾਂ ਸਮਾਨ ਅਸੀਂ ਇੱਥੋਂ ਬਣਾਉਂਦੇ ਹਾਂ ਵੀਰੇ ਕੁਛ ਸਮਾਨ ਆਪਣੇ ਘਰੇ ਬਣਦਾ ਵਾ ਜਿਹੜੀ ਬ੍ਰੈਡ ਆ ਵੀਰੇ ਉਹ ਆਪਾਂ ਆਰਡਰ ਤੇ ਤਿਆਰ ਕਰਾਉਂਦੇ ਹਾਂ ਠੀਕ ਆ ਬਾਕੀ ਜੋ ਚੀਜ਼ ਆ ਉਹ ਸਾਰੀ ਅਸੀਂ ਖੁਦ ਆਪਣੇ ਹੱਥੀਂ ਤਿਆਰ ਕਰਦੇ ਤੇ ਇੱਕ ਚੀਜ਼ ਦੇਖਿਆ ਜਾਵੇ ਜਿਵੇਂ ਹੁਣ ਰੇਟਾਂ ਦੀ ਗੱਲ ਕਰਦੇ ਹਾਂ ਆਪਾਂ ਹਾਂਜੀ ਤੇ ਰੇਟ ਫਿਰ ਇੱਥੋਂ ਦੇ ਕਿਵੇਂ ਨੇਗੇ ਵੀ ਬਾਜ਼ਾਰ ਨਾਲੋਂ ਫਰਕ ਹੈਗਾ ਜੀ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਫਰਕ ਆ ਵੀਰੇ ਅੱਛਾ ਹਾਂਜੀ ਕੁਆਲਿਟੀ ਦਾ ਫਿਰ ਕੁਆਲਿਟੀ ਵੀਰੇ ਕੁਆਲਿਟੀ ਬਾਜ਼ਾਰ ਨਾਲੋਂ ਜ਼ਿਆਦਾ ਆ ਵੀਰੇ ਰੇਟ ਆਪਣਾ ਘੱਟ ਆ ਅੱਛਾ ਰੇਟ ਘੱਟ ਆ ਕੁਆਲਿਟੀ ਜ਼ਿਆਦਾ ਮਤਲਬ ਫਰੈਸ਼ ਚੀਜ਼ ਆਪਾਂ ਦਿੰਦੇ ਆ ਵੀਰੇ ਇਹ ਨਹੀਂ ਗਾ ਬਈ ਹੁਣ ਬਾਜ਼ਾਰ 'ਚ ਜਾਂਦੇ ਆ ਐਂ ਰੈਕ ਤੇ ਬਣੇ ਪਏ ਹੁੰਦੇ ਆ ਵੀਰੇ ਠੀਕ ਆ ਫਰੈਸ਼ ਤੇ ਬਣੇ ਪਏ ਹੁੰਦੇ ਵੀ ਚੱਕ ਕੇ ਫੜਾ ਦੇਣੇ ਅਗਲੇ ਨੇ ਆਰਡਰ ਦੇ ਤਾਂ ਨਾ ਆਪਾਂ ਵੀਰੇ ਗਾਹਕ ਨੂੰ ਕਹਿਦਾ ਹੀ ਆ ਵੀਰੇ 5 ਮਿੰਟ ਵੇਟ ਕਰੋ ਵੀ ਆਰਡਰ ਤੁਹਾਡਾ ਆ ਜਾਓ ਆਪਾਂ ਸਾਹਮਣੇ ਗਾਹਕ ਦੀ ਚੀਜ਼ ਬਣਾਉਂਦੇ ਫਰੈਸ਼ ਚੀਜ਼ ਬਣਾਉਂਦੇ ਤੇ ਫਿਰ ਬਈ ਰਾਤ ਨੂੰ ਫਿਰ ਇਹ ਜਿਵੇਂ ਹੁਣ ਤੁਸੀਂ ਕਹਿੰਦੇ ਵੀ ਇੱਥੇ ਰਾਤ ਨੂੰ ਫਿਰ ਕਿੱਥੇ ਲੈ ਕੇ ਜਾਂਦੇ ਉਹਨੂੰ ਮੇਰੇ ਇੱਥੇ ਹੀ ਖੜੀ ਰਹਿੰਦੀ ਇੱਥੇ ਹੀ ਰਹਿਸ਼ ਆ ਵਿੱਚ ਹੀ ਰਹਿਸ਼ ਆ ਵੀਰੇ ਇਹਦੇ ਵਿੱਚ ਹੀ ਰਹਿਣਾ ਵਿੱਚ ਹੀ ਰਹਿ ਪਿੰਡ ਨਹੀਂ ਜਾਂਦੇ ਵੀਰੇ ਆਪਾਂ ਇਹਦੇ ਵਿੱਚ ਮਤਲਬ ਰੂਮ ਬਣਾਇਆ ਹੋਇਆ ਜਾਂ ਇਹਦੇ ਉੱਪਰ ਹੀ ਰਹਿ ਨਹੀਂ ਇਹਦੇ ਉੱਪਰ ਹੀ ਰਹਿ ਪੈਂਦੇ ਵੀਰੇ ਗੱਦੇ ਛਾ ਲਏ ਦੇ ਆ ਟੇਬਲ ਇਕੱਠੇ ਕਰਕੇ ਗੱਦੇ ਸਿੱਟੀ ਦੇ ਆ ਅੱਛਾ ਤੇ ਇੱਥੇ ਪਏ ਹੁਣ ਭੜਕ ਨੂੰ ਜੇ ਵੀਰੇ ਘਰ ਦੇ ਬਾਹਰ ਵੀ ਭੇਜ ਦਿੰਦੇ ਉਹ ਵੀ ਘਰੋਂ ਦੂਰ ਹੀ ਸੀ ਨਹੀਂ ਫਿਰ ਘਰੇ ਗਿਆ ਨੂੰ ਕਿੰਨਾ ਚਿਰ ਹੋ ਗਿਆ ਵੀਰੇ ਘਰੇ ਗਿਆ ਨੂੰ ਅਸੀਂ ਮਹੀਨੇ ਬਾਅਦ ਗਏ ਆ ਵੀਰੇ ਕੱਲ ਗਏ ਆ ਕੱਲ ਸਿਰਫ ਗਏ ਤੇ ਬਸ ਸੌਂ ਕੇ ਆ ਗਏ ਵੀਰੇ ਪਛਾਣ ਲਿਆ ਸੀ ਉਹਨਾਂ ਨੇ ਪਛਾਣ ਲਿਆ ਬਸ ਵੀਰੇ ਗੱਲਬਾਤ ਨਹੀਂ ਹੋਈਗੀ ਅੱਛਾ ਗਏ ਜਾਂਦੇ ਸੌਂ ਗਏ ਰਾਤ ਨੂੰ 7 ਵਜੇ ਹੈਗਾ ਵੀ ਚਲੋ ਚਲੇ ਗਿਆ ਸੀ ਆ ਕਿਸੇ ਨਾਲ ਗੱਲਬਾਤ ਵੀ ਨਹੀਂ ਹੋਈਗੀ ਰੋਟੀ ਰੋਟੀ ਦਾ ਇੱਥੇ ਬਰਗਰ ਪੀਜੀ ਚੱਲਦਾ ਗੱਲ ਨਹੀਂ ਨਹੀਂ ਵੀਰੇ ਰੋਟੀ ਆਪਣੀ ਘਰੋਂ ਆ ਜਾਂਦੀ ਹੈ ਵੀਰੇ ਅੱਛਾ ਤੇ ਕੁਛ ਕੁ ਮੁੰਡੇ ਦੁੱਧ ਘਰੋਂ ਆ ਜਾਂਦਾ ਹੋ ਜਾਨ ਹਾਂ ਹਾਂਜੀ ਹਾਂਜੀ ਦੁੱਧ ਲੱਸੀ ਵੀਰੇ ਸਾਰਾ ਕੁਝ ਘਰੋਂ ਆਉਂਦਾ ਵਾ ਠੀਕ ਹੈ ਕੁਛ ਕੁ ਮੁੰਡੇ ਆਪਣੀ ਜੀਤਵਾਲ ਵੀਰੇ ਇੱਥੇ ਕੰਮ ਕਰਦੇ ਆ ਹਾਂ ਹਾਂ ਸ਼ਹਿਰ 'ਚ ਉਹ ਆਉਣ ਲੱਗੇ ਲਿਆ ਆਉਂਦੇ ਬਿਸਤਰੇ ਵਿੱਚ ਅੱਛਾ ਪੌੜੀਆਂ ਥੱਲੇ ਰੱਖੀ ਬੈਠੇ ਜਦੋਂ ਜੀ ਕਰਦਾ ਉਦੋਂ ਪੈ ਜਾਂਦੇ ਹਾਂਜੀ ਜਦੋਂ ਜੀ ਕਰੇ ਵਿਛਾਈ ਦੇ ਰਾਤ ਨੂੰ ਪੈ ਜਾਈਦਾ ਵੀਰੇ ਅੱਛਾ ਰਾਤ ਨੂੰ ਫਿਰ ਬਈ ਕਿੰਨੇ ਕੁ ਵਜੇ ਤੱਕ ਕੰਮ ਚੱਲਦਾ ਰਾਤ ਨੂੰ ਵੀਰੇ 9:30 ਵਜੇ ਤੱਕ ਚਲਾਉਂਦੇ ਆ ਉਸ ਤੋਂ ਬਾਅਦ ਆਪਣੇ ਕੋਲੇ ਵੀਰੇ ਦੂਜਾ ਵੈਜ ਕੰਮ ਆ ਨੌਨ ਵੈਜ ਹੈਗਾ ਓਨਲੀ ਵੈਜ ਆ ਵੀਰੇ ਅੱਛਾ ਵੀ ਨੌਨ ਵੈਜ ਨਹੀਂ ਚਲਾਉਂਦੇ ਹਾਂਜੀ ਹਾਂਜੀ ਰਾਤ ਨੂੰ ਮੁੜ ਕੇ ਆਏ ਆ ਵੀਰੇ ਤੁਹਾਨੂੰ ਪਤਾ ਹੀ ਆ ਹਾਂ ਹਾਂ ਟਾਈਮ ਖਰਾਬ ਆਪਣੇ ਪੰਜਾਬ ਦਾ ਵੀਰੇ ਫਿਰ ਉਸ ਤੋਂ ਪਹਿਲਾਂ ਹੀ 9 ਵਜੇ ਦਿਨ ਬੰਦ ਕਰ ਦਈਏ ਵੀਰੇ ਆਪਾਂ ਪਰ ਪੈਂਦੇ ਕਰਦਿਆਂ ਨੂੰ 11-12 ਵੱਜ ਜਾਂਦੇ ਵੀਰੇ ਸੋ ਦੋਸਤੋ ਆਪਾਂ ਜਿਹੜੇ ਹੁਣ ਰੈਸਟੋਰੈਂਟ ਦੇ ਵਿੱਚ ਬੈਠੇ ਆ ਇਹਨੂੰ ਆਪਾਂ ਮਿੰਨੀ ਤੇ 5 ਸਟਾਰ ਲਾ ਲਓ ਇਹਨੂੰ 20-25 ਸਟਾਰ ਦੇਣ ਵਾਲੇ ਨੇਗੇ ਜਿੱਥੇ ਆਪਾਂ ਬੈਠੇ ਆ ਇੱਥੋਂ ਨਜ਼ਾਰਾ ਐਂ ਲੱਗਦਾ ਜਿਵੇਂ ਆਪਾਂ ਕਿਸੇ ਮਤਲਬ ਲੇਕ ਨਹੀਂ ਗੀ ਚੰਡੀਗੜ੍ਹ ਵਾਲੀ ਉੱਥੇ ਬੈਠੇ ਹੁੰਦੇ ਹਾਂ ਬਹੁਤ ਸੋਹਣਾ ਜਿਹੜਾ ਵਿਊ ਇੱਥੇ ਬਣ ਰਿਹਾ ਹੈਗਾ ਸੋ ਸਵਾਦ ਆ ਰਿਹਾ ਇੱਥੇ ਬੈਠਣ ਦਾ ਵੀ ਅਤੇ ਖਾਧਾ ਪੀਤਾ ਵੀ ਆ ਬਾਈਆਂ ਕੋਲ ਹੈ ਨਾ ਬਾਈਆਂ ਨੇ ਸੇਵਾ ਵੀ ਵਧੀਆ ਕੀਤੀ ਹੈ ਅਤੇ ਸਵਾਦ ਆਇਆ ਵੀ ਹਾਂ ਬੈਠੇ ਹਾਂ ਕਿਤੇ ਪਹਿਲਾਂ ਤਾਂ ਸਾਨੂੰ ਐਂ ਲੱਗਿਆ ਵੀ ਕਿਵੇਂ ਜੇ ਬੈਠਾਂਗੇ ਹੈ ਨਾ ਤਾਂ ਜਦੋਂ ਬਹਿ ਗਏ ਸੋ ਦੋਸਤੋ ਨਜ਼ਾਰਾ ਹੀ ਵੱਜਿਆ ਗਿਆ ਅੱਜ ਜਾਂਦੀਆਂ ਆਉਂਦੀਆਂ ਗੱਡੀਆਂ ਦੁਨੀਆ ਜਾਂਦੀ ਆਉਂਦੀ ਦਿੰਦੀ ਹੈ ਨਾ ਲਾਈਵ ਦੇਖਦੇ ਹਾਂ ਅਤੇ ਜਿਹੜੀ ਵਿਊ ਬਣਦਾ ਇੱਕ ਬਹੁਤ ਹੀ ਸੋਹਣਾ ਵਿਊ ਬਣਦਾ ਇੱਕ ਵਾਰੀ ਤੁਸੀਂ ਇੱਥੇ ਵਿਜਿਟ ਜ਼ਰੂਰ ਕਰਿਓ ਨੰਬਰ ਵੀ ਤੁਹਾਨੂੰ ਦੇ ਦਿੰਦੇ ਬਾਈਆਂ ਦਾ ਹਜੇ ਤੱਕ ਗੱਲ ਕਰ ਨੋਰਮਲੀ ਜਿਹੜੀ ਹੋਮ ਡਿਲੀਵਰੀ ਇਹਨਾਂ ਨੇ ਬਾਈਆਂ ਨੇ ਹਜੇ ਕਰਨੀ ਨਹੀਂ ਜਦੋਂ ਕਰਨੀ ਹੋਈ ਉਦੋਂ ਤੁਹਾਨੂੰ ਨੰਬਰ ਵੀ ਦੇ ਕੇ ਜਾਵਾਂਗੇ ਬਕਾਇਦਾ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਸੈਂਡ ਕਰ ਦਿਆਂਗੇ ਠੀਕ ਆ
तो भाई जी एक बार अपना जोड़ा है रोड का अपना जिते अपनी लोकेशन आ लोकेशन जरूर बोलो ता जो इतने जोड़े अपने देखने वाले दर्शक ने वो भीर इतने थोड़े को पहुँच के विट विजिट जरूर कर। हाँ जी हाँ जी वीरे पिंड है अजीतवाल वीरे अजीतवाल मोगा लुधियाना रोड तो उपर ही है वीरे पिंड मोगा लुधियाना रोड से पैंता वीरे दोस्तों मोगा लुधियाना के उपर अजीतवाल पिंड जिला इन कह जिला मोगा वीरे मोगा पै जाता। हाँ जी जिला दोस्तों ये रोड के उपरी बइया का जोड़ा रहन बसेरा एनी टाइम इतने विजिट करो तो जोड़ा बई वीडियो शेयर करूगा वीडियो लाइक करो कमेंट करूगा उन्होंने थोड़ा जा खाण पीन के रायत होर मिलेगी। हाँ जी दोगे बई हाँ जी हाँ जी जो उन्होंने दसता भी फलाने बंद की वीडियो देख के आया। हाँ जी हाँ करोगे रायत पूरी। हाँ जी हाँ जी ठीक है तो रायत करे भीर एक बार बइया को विजिट जी करो तो बइया का हौसला अफजाई बने रहे तो बइया ने एक चीज़ दोस्तों होर हैगी अजक अपने जोड़े वीर ने पढ़े लिखे वो नौकरियां भी नहीं ज्यादा भजते हैं कम करके मतलब कोई राजी नहीं है पता नहीं कम का पता नहीं है सो ये वीर भी ने इन्होंने पढ़ाई की है सो अजक नशे च पैण तो अलावा भी दोस्तों होर कम ने गे वेले रहने तो अलावा भी आ कम जरूरी ने जे बंद ने करना हो क्यों भाई जी। हाँ जी वीरे बंदा जे काम करना चाहे की नहीं वीरे कर सकता जे आप कहने मुंडा नशे लग गया गाइडलाइन जिहड़ी जारी करी है काम करने वाली सो वीडियो दोस्तों किवें दी लगी वीडियो देखने लई धन्नवाद चैनल जरूर कर लो सबसक्राइब ते बाई दा जिहड़ा काम है किवें लग्या कमेंटां दे विच जरूर दस्सो धन्यवाद जी धन्यवाद भाई जी धन्यवाद वीरे जिहड़े तुसीं साडे कोल